लाइव हुए हैं जी टिकरी बॉर्डर तो। टिकरी बॉर्डर के उत्ते दो दिन का भारी इकट्ठ, सरकार जिहड़ा क्लीन ऑपरेशन करना चाहती सी उन्हूं मूँह तोड़ जवाब देने लिए इत्थे भारी इकट्ठ किया जा रहा है। जो रस्ते दे विच आए हैं काफ़ी संगत नूं आउंदे होए वेख्या, तुसीं वेख सकते हो इत्थे बहुत काफ़ी मोबलाइजेशन है, हालांकि असीं काफ़ी पिछे हाँ। तो हुण आपां जिहड़ी मेन चीज़ विखाउणी है वह आ किसान हवेली, घौलिया खुरदवालियां दी सरपंच साहब दी हवेली है जिहड़ी इत्थे रहण लई जगह बनाई हुई आ, ते आपां उह वेखांगे। टिकरी बॉर्डर दे उत्ते जिहड़ा बहादुरगढ़ दा नवां बस स्टैंड है इत्थे बनी हुई है, इत्थे परिवारां दे जां कोई भी आउण वाला उहदे उहनां दे रहण लई बहुत वधिया जगह। पार्क बनाए हुए आ, वड्डा टेंट आ, ते इधर ही छोटे टेंट ने, गमले लगे हुए आ, ते वीर जी ने जिहड़े मेनटेन करते आ इत्थे सारा इन्होंने बनाई आ। सत श्री अकाल वीर जी। सत श्री अकाल। तुसी पहला अपने बारे दसो, फिर हवेली बारे दसो, की विजन लैके बनाई तुसी, ते कितना किवें सहयोग रहा, ਕਿਹੜੀਆਂ ਮੁਸ਼ਕਲਾਂ ਆਈਆਂ ਅਤੇ ਕਿਵੇਂ ਹੁਣ ਚੱਲ ਰਿਹਾ ਸਭ? ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਬਜੈਕਟ ਮੋਰਚੇ ਦੀ ਟੀਮ ਦਾ ਇੱਥੇ ਪਹੁੰਚਣ 'ਤੇ ਤੁਹਾਨੂੰ ਜੀ ਆਇਆਂ ਨੂੰ ਜੀ, ਅਤੇ ਜਿਹੜਾ ਇਹ ਬਣਾਉਣ ਦਾ ਤਾਂ ਆਪਾਂ ਸਾਰੇ ਇਕੱਠੇ ਇੱਕ ਹੀ ਮਿਸ਼ਨ ਲੈ ਕੇ ਚੱਲੇ ਹਾਂ। ਹਾਂਜੀ। ਖੇਤੀ ਕਾਨੂੰਨ ਰੱਦ ਕਰਾਉਣ ਵਾਸਤੇ। ਹਾਂਜੀ। ਅਤੇ ਉਹਨਾਂ ਨੂੰ ਅਸੀਂ ਮੰਨੋ ਜਦੋਂ ਅਸੀਂ ਇੱਥੇ ਆਏ ਤਾਂ ਜੇ ਉਹਨਾਂ ਦਿਨਾਂ 'ਚ ਜ਼ਰੂਰੀ ਜਿਹੜੀਆਂ ਮੁੱਖ ਲੋੜਾਂ ਸੀਗੀਆਂ ਆਪਣੀਆਂ, ਲੰਗਰ ਅਤੇ ਰਹਿਣ ਵਸੇ। ਹਾਂਜੀ। ਅਤੇ ਅਸੀਂ ਪਿੰਡ ਘੋਲੀਆ ਖੁਰਦ ਵੱਲੋਂ ਸੰਤ ਬਾਬਾ ਗੁਲਾਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਆ ਸਾਡੇ, ਉਹਦੇ ਵੱਲੋਂ ਅਸੀਂ ਲੰਗਰ ਸ਼ੁਰੂ ਕੀਤਾ, ਅਤੇ ਨਾਲ ਹੀ ਫਿਰ ਅਸੀਂ ਉਹਨਾਂ ਦਿਨਾਂ 'ਚ ਅਸੀਂ ਇਹਨੂੰ ਰਹਿਣ ਵਸੇਰਾ ਵੀ ਆਪਦੇ ਨਗਰ ਵੱਲੋਂ ਬਣਾਉਣ ਦਾ ਜਿਹੜਾ ਉਪਰਾਲਾ ਕੀਤਾ, ਅਤੇ ਉਹ ਜਿਹੜਾ ਰਹਿਣ ਵਸੇਰਾ ਹੈ ਹੌਲੀ ਹੌਲੀ ਮਿਹਨਤ ਕਰਦੇ ਕਰਦੇ ਅਤੇ ਕਿਸਾਨ ਹਵੇਲੀ ਦਾ ਰੂਪ ਧਾਰਨ ਕਰਕੇ। ਜੀ ਜੀ ਜੀ। ਥੋੜ੍ਹਾ ਆਪਾਂ ਵੇਖ ਲਾਂਗੇ, ਥੋੜ੍ਹਾ ਸਾਨੂੰ ਦੱਸ ਦਿਓ ਇੱਥੇ ਕਿੰਨੇ ਕੁ ਟੈਂਟ ਆ, ਕਿੰਨੇ ਕੁ ਲੋਕਾਂ ਦੇ ਰਹਿਣ ਦਾ ਪ੍ਰਬੰਧ ਆ? ਇੱਥੇ ਤਕਰੀਬਨ ਜਿਹੜੇ ਟੈਂਟ ਹੈਗੇ ਆ ਜੀ, 6-7 ਟੈਂਟ ਥੱਲੇ ਲੱਗੇ ਹੋਏ ਆ, ਕੁਛ ਹੁਣ ਜਿਵੇਂ ਅੱਜ ਪਾਣੀ ਲੱਗਿਆ ਵਾ। ਆਹ ਵੇਖੋ ਘਾਹ ਵੀ ਕਿੰਨਾ ਸੋਹਣਾ ਹਰਾ ਘਾਹ, ਤੁਸੀਂ ਆਹ ਵੇਖੋਗੇ ਆਹ ਬਾਅਦ ਵਿੱਚ ਲਾਇਆ ਗਿਆ, ਇੱਧਰ ਕਿੰਨਾ ਸੋਹਣਾ ਘਾਹ ਵੀ ਉੱਗ ਚੁੱਕਿਆ ਇੱਥੇ, ਬਹੁਤ ਮਿਹਨਤ ਆ ਇਹਨਾਂ ਦੀ। ਇਹ ਜਿਹੜੇ ਜਿਵੇਂ ਉਹ ਵੱਡੇ ਟੈਂਟ ਆ, ਹੁਣ ਇਹ ਸਾਰਿਆਂ ਨੂੰ ਤਕਰੀਬਨ ਆਪਾਂ ਅੱਗੇ ਜਾ ਕੇ ਇਹਨੂੰ ਦੁਬਾਰਾ ਮੇਨਟੇਨੈਂਸ ਕਰਨੀ ਆ। ਹੁਣ ਜਿਵੇਂ ਜਿਵੇਂ ਲੋਕ ਆਉਂਦੇ ਆ, ਹੁਣ ਪਿੱਛੇ ਤੁਹਾਨੂੰ ਪਤਾ ਹੀ ਆ ਵੀ ਖੇਤੀ ਦਾ ਕਰਕੇ ਆਪਣਾ ਹਾੜੀ ਦਾ ਸੀਜ਼ਨ ਸੀਗਾ, ਤਾਂ ਲੋਕਾਂ ਨੇ ਆਪਦੀਆਂ ਫਸਲਾਂ ਵੀ ਸਾਂਭਣੀਆਂ, ਅਤੇ ਜਿਹੜਾ ਕਿਸਾਨ ਹੈ ਤਕਰੀਬਨ ਉਹ ਆਪਦੀ ਰੋਟੀ ਰੋਜੀ ਆ ਜਿਹੜੀ ਉਹ ਮਿਹਨਤ ਕਰਕੇ ਕਮਾਉਂਦਾ, ਅਤੇ ਉਹਦੇ 'ਚ ਵੀ ਜ਼ਰੂਰੀ ਸੀ ਉਹਨਾਂ ਨੂੰ ਆਪਣਾ ਆਪਦੇ ਪਿੰਡ ਜਿਹੜੇ ਆਪਦੇ ਕਾਰਜ ਕਰਨੇ। ਅਤੇ ਅੱਜ ਤੁਸੀਂ ਦੇਖ ਲਿਓ, ਹੁਣ ਤੁਸੀਂ ਇਕੱਠ ਦੇਖਦੇ ਆ ਬਾਹਰ ਕਿੰਨੇ ਲੋਕਾਂ ਦਾ ਅੱਜ ਆਉਣਾ ਜਾਣਾ ਹੋਇਆ, ਅਤੇ ਆਉਣ ਵਾਲੇ ਦਿਨਾਂ 'ਚ ਕਾਫੀ ਜਿਹੜਾ ਇਹ ਜਿਹੜਾ ਇਕੱਠ ਇੱਥੇ ਵੱਜ ਜਾਣਾ। ਠੀਕ ਹੈ, ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਅਤੇ ਜਿਹੜੀਆਂ ਤੁਸੀਂ ਸੇਵਾਵਾਂ ਦੇ ਰਹੇ ਹੋ। ਸੰਯੁਕਤ ਮੋਰਚੇ ਵੱਲੋਂ ਵੀ ਇਹਦੀ ਸ਼ਲਾਘਾ ਜੀ, ਅਸੀਂ ਆਪਣੇ ਵੱਲੋਂ ਵੀ ਏਡੇ ਏਡੇ ਜਿਹੜੇ ਇਹ ਦੇਣ ਅਸੀਂ ਨਹੀਂ ਦੇ ਸਕਦੇ ਹੈਗੇ ਸਾਰੇ। ਅਸਲ ਵਿੱਚ ਜੀ ਇਹ ਸੰਯੁਕਤ ਜਿਹੜਾ ਅਸੀਂ ਇੱਕ ਮੈਨੂੰ ਮੇਰਾ ਦਿਲ ਵੀ ਕਰਦਾ ਵੀ ਜਿਹੜਾ ਸੰਯੁਕਤ ਮੋਰਚਾ ਜੀ ਸਾਰੇ ਇਕੱਠੇ ਹੋ ਕੇ, ਬਿਲਕੁਲ ਜੀ, ਜੇ ਅੱਜ ਮੇਰੇ ਕੋਲ ਇੱਥੇ ਜਦੋਂ ਵੀ ਬੰਦੇ ਆਉਂਦੇ, ਕਿਸਾਨ ਹਵੇਲੀ ਇੱਕ ਸਾਂਝਾ ਪੁਆਇੰਟ ਆ ਜੀ ਆਪਣੇ ਅੰਦੋਲਨ ਦਾ। ਹਾਂਜੀ। ਅਤੇ ਇੱਥੇ ਹਰ ਬੰਦਾ ਇੱਥੇ ਆ ਕੇ ਸਾਡੇ ਕੋਲ ਮਿਲ ਕੇ ਜਾਂਦਾ, ਅਤੇ ਇੱਕ ਗੱਲ ਲਾਜ਼ਮੀ ਬੰਦੇ ਸ਼ੇਅਰ ਕਰਦੇ ਆ ਵੀ ਯਾਰ ਇਕੱਠੇ ਹੋ ਕੇ ਜਿਹੜਾ ਥੋੜ੍ਹਾ ਥੋੜ੍ਹਾ ਨਾ ਕੁਛ ਵਖਰੇਵੇਂ ਜੇ, ਜਿਵੇਂ ਮੰਨ ਲਓ ਸਟੇਜਾਂ ਦਾ ਦੋ ਹੋਣਾ ਜਾਂ ਕੁਛ ਹੋਰ ਵੀ, ਕਿਵੇਂ ਨਾ ਕਿਵੇਂ ਹੋ ਸਕੇ, ਜੇ ਆਪਾਂ ਸਰਕਾਰ 'ਤੇ ਦਬਾਅ ਬਣਾਉਣਾ ਤਾਂ ਇੱਕ ਹੋ ਕੇ ਆਪਾਂ ਨੂੰ ਚੱਲਣਾ ਚਾਹੀਦਾ। ਬਿਲਕੁਲ ਜੀ, ਬਹੁਤ ਵਧੀਆ ਤੁਹਾਡੀ ਰਾਏ ਹੈ ਇਹ, ਅਸੀਂ ਵੀ ਇੱਕ ਰਾਏ ਹੋਰ ਵੀ ਦੇਣੀ ਚਾਹੁੰਦਾ ਮੈਂ ਹੁਣ ਵੀ, ਜਿਹੜੇ ਤੁਸੀਂ ਮੈਸੇਜ ਦਿੰਦੇ ਆ ਉੱਥੋਂ ਸੰਯੁਕਤ ਮੋਰਚੇ ਦਾ ਆਪਣਾ ਮੈਸੇਜ ਨਿਕਲਦਾ ਕੋਈ ਵੀ ਜੀ, ਹਾਂਜੀ, ਉਹ ਪਲੀਜ਼ ਤੁਸੀਂ ਜਿੰਨੇ ਵੀ ਲੰਗਰ ਚੱਲਦੇ ਆ, ਹਾਂਜੀ, ਉਹਨਾਂ 'ਤੇ ਜ਼ਰੂਰ ਪਹੁੰਚਾਇਆ ਕਰੋ ਸਵੇਰੇ ਜੀ, ਜਦੋਂ ਵੀ ਤੁਹਾਡਾ ਕੋਈ ਮੈਸੇਜ ਜਾਂਦਾ, ਅਤੇ ਕਿਉਂਕਿ ਉੱਥੇ ਲੋਕ ਆਉਂਦੇ ਜਾਂਦੇ ਰਹਿੰਦੇ ਆ, ਜਿਹੜੇ ਉੱਥੋਂ ਦੇ ਲੋਕ ਆ ਲੰਗਰ ਨੂੰ ਚਲਾ ਰਹੇ ਆ, ਉਹ ਤੁਹਾਡਾ ਮੈਸੇਜ ਸਾਰੇ ਲੋਕਾਂ ਤੱਕ, ਜਿਹੜੇ ਉੱਥੇ ਨਹੀਂ ਪਹੁੰਚਦੇ ਲੋਕ ਉਹਨਾਂ ਤੱਕ ਵੀ ਜਿਹੜਾ ਉਹ ਜੀ
ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸੁਝਾਅ ਬਹੁਤ ਵਧੀਆ ਸੀ ਤੁਹਾਡੇ, ਇਹਨਾਂ ਨੂੰ ਜ਼ਰੂਰ ਇੰਪਲੀਮੈਂਟ ਕਰਾਂਗੇ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।